ਜਿਤਨਾ ਜਿਤਨਾ ਜਨਾਬ ਦੇ ਜ਼ਿਹਨਾਂ ਦੇ ਵਿੱਚ ਕੁਰਾਨ ਮਜੀਦ ਦੀ ਅਜ਼ਮਤ ਬੁਲੰਦ ਹੈ, ਬੁਲੰਦ ਰੂਦ ਹੋ ਜਾਏ। أعوذ بالله من الشيطان اللين الرجيم بسم الله الرحمن الرحيم بزرگ جوان سارے آئے صاحبان اچھی سلوات ਸਲਵਾਤ ਉੱਚੀ ਆਈ ਤਾਂ ਵਕਤ ਇੱਕ ਸਲਵਾਤ ਜਿੱਕੀ ਪੜ ਲਵੋ ਆਂਦੀ ਤਸਾਰ ਜਿਤਨਾ ਜ਼ਹਿਨਾਂ ਦੇ ਵਿੱਚ ਆਲੇ ਮੁਹੰਮਦ ਦੀ ਅਜ਼ਮਤ ਬੁਲੰਦ ਹੈ, ਜਿੱਕੀ ਨਹੀਂ ਬਾਬਾ ਦੇ ਬੁਲੰਦ ਸਲਵਾਤ ਐਲਿਨਾਲ ਮੁਕਾਬਲ ਕਰਦਾ ਹੈ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਐਲੀ ਨਾਲ ਮੁਕਾਬਲੇ ਕਰਦਾ ਹੈ, ਐਲੀ ਨਾਲ ਮੁਕਾਬਲੇ ਕਰਦਾ ਹੈ। ਕਦੀ ਸੇਜ ਰਸੂਲ ਤੇ ਸਮ ਕੇ ਦੱਸ, ਐਲੀ ਨਾਲ ਮੁਕਾਬਲੇ ਕਰਦਾ ਹੈ। ਕਦੀ ਸੇਜ ਰਸੂਲ ਤੇ ਸਮ ਕੇ ਦੱਸ, ਕਦੀ ਜੰਗ ਦੇ ਕਿਸੇ ਮੈਦਾਨ ਅੰਦਰ ਕੀਤਾ ਹੋਇਆ ਕੋਈ ਅਜਿਹਾ ਕੰਮ ਤਾਂ ਦੱਸ। ਐਲੀ ਵਾਂਗ ਪਹਾੜ ਮੁਸੀਬਤਾਂ ਦੇ ਤੂੰ ਵੀ ਸੀਨੇ ਆਪਣੇ ਤੇ ਥੰਮ ਕੇ ਦੱਸ, ਮੇਰਾ ਮੌਲਾ ਤਾਂ ਆਇਆ ਕਾਬੇ ਵਿੱਚ ਤੂੰ ਕੱਚੀ ਮਸੀਤ 'ਚ ਜੰਮ ਕੇ ਦੱਸ। ਸ਼ਾਬਾਸ਼ ਸ਼ਾਬਾਸ਼, ਮੇਰਾ ਮੌਲਾ ਤਾਂ ਆਇਆ ਕਾਬੇ ਵਿੱਚ ਤੂੰ ਕੱਚੀ ਮਸੀਤ 'ਚ। ਅਲੀ ਨਾਲ ਜਿੰਦਾ ਰਜੂ ਚੰਗਾ ਕੋਈ ਨਹੀਂ, ਅਲੀ ਨਾਲ, ਅਲੀ ਨਾਲ ਜਿੰਦਾ ਰਜੂ ਚੰਗਾ ਕੋਈ ਨਹੀਂ, ਬੰਦੇ ਦਾ ਅਸਲੂ ਲਹੂ ਚੰਗਾ ਕੋਈ ਨਹੀਂ। ਅਲੀ ਨਾਲ ਜੈਦਾਰ ਰਜੂ
ਚੰਗਾ ਕੋਈ ਨਹੀਂ ਉਹ ਬੰਦੇ ਦਾ ਅਸਲੂ ਲਹੂ ਚੰਗਾ ਕੋਈ ਨਹੀਂ ਜੋ ਨਾਮ ਅਲੀ ਸੁਣ ਕੇ ਮੂੰਹ ਚ ਵਟਾਵੇ ਜਾਂ ਬੰਦਾ ਗਲਤੇ ਜਾਂ ਪਿਓ ਚੰਗਾ ਕੋਈ ਨਹੀਂ ਬੁਲੰਦ ਕਰਕੇ ਵੱਡਾ ਨਾਰਾ ਹੈ ਦਰੀ ਮੈਂ ਤਮਾਮ ਮਵਾਲੀਆਂ ਨੇ ਹੈਦਰ ਕਰਾਰ ਤੇ ਰਾਜ਼ੀ ਹਾਂ ਬਹੁਤ ਪਿਆਰਾ ਮਾਹੌਲ ਹੈ ਬਾਨੀਅਨ ਮਜਾਲਸ ਦਾ ਖਲੂਸ ਹੈ ਮੋਮਨਾਂ ਦਾ ਰੂਹ ਹੈ ਕਿ ਜਗ ਕਿਨੂੰ ਅਸਾਂ ਕਸੀਦੇ ਸੁਣੋ ਜੇ ਤੁਸੀਂ ਸੁਣਨਾ ਚਾਹੁੰਦੇ ਤਾਂ ਮੈਂ ਵੀ ਪੜ੍ਹਨਾ ਚਾਹੁੰਦਾ ਕਿਉਂਕਿ ਤੁਸੀਂ ਵੱਡੇ ਖੁਸ਼ ਨਸੀਬ ਹੋ ਤੁਹਾਡੇ ਦਿਲ ਦੇ ਵਿੱਚ ਗਾਜ਼ੀ ਦਾ ਬਾਬਾ ਵਸਦਾ ਹੈ ਗਾਜ਼ੀ ਦਾ ਬਾਬਾ ਵਸਦਾ ਹੈ ਗਾਜ਼ੀ ਦਾ ਬਾਬਾ ਕਾਬੇ ਦਾ ਕਾਬਾ ਬੀਬੀ ਬਤੂਲ ਦਾ ਸ਼ੋਹਰ ਤੇ ਕਾਬੇ ਦਾ ਗੋਹਰ ਸੋਚ ਨਹੀਂ ਮੇਰੇ ਪੀਰ ਨੂੰ ਮਨ ਮਰੇ ਤਾਂ ਪਤਾ ਲੱਗੀ ਜੋ ਅਲੀ ਕੌਣ ਹੈ ਇਹ ਮਿੰਬਰ ਨੇ ਬਤੂਲ ਦੇ ਬੱਚੜੇ ਜ਼ਿੰਮੇਦਾਰ ਹੈ ਹੱਥ ਰੱਖ ਕੇ ਆਦਾ ਪਿਆ ਤਮਾਮ ਅੰਬੀਆ ਤਮਾਮ ਬੋਲੋ ਤਮਾਮ ਅੰਬੀਆ ਜਿਹਦੀ ਤਾਜ਼ੀਮ ਕਰਨ ਤਮਾਮ ਅੰਬੀਆ ਜਿਹਦੀ ਤਾਜ਼ੀਮ ਕਰਨ ਉਹਨੂੰ ਮੁਹੰਮਦ ਮੁਸਤਫਾ ਆਖਦੇ ਮਿੱਠਾ ਮਦਨੀ ਜਿਹਦੀ ਤਾਜ਼ੀਮ ਕਰੇ ਉਹ ਕੋ ਬੀਬੀ ਬਤੂਲ ਆਖਦੇ ਇਹ ਬੀਬੀ ਬਤੂਲ ਆਪਣੀ ਚਾਦਰ ਦੇ ਨਾਲ ਜਿਹਦੀ ਜੁੱਤੀ ਸਾਫ ਕਰਕੇ ਪੇਰੇ ਪਵਾਵੇ ਹਰ ਵਿੱਚ ਉਹ ਅਲੀ ਆਖਦੇ ਸ਼ਾਬਾਸ਼ ਭਾਈ ਸ਼ਾਬਾਸ਼ ਭਾਈ ਮੈਂ ਤਮਾਮ ਉਮੀਦ ਰਾਜ਼ੀ ਹਾਂ ਇੱਕ ਮੋਮਨ ਮਖਸੂਸ ਤਕਲੀਫ ਨਾਲ ਹੈ ਮੋਮਨ ਮਖਸੂਸ ਦਾ ਨਾਮ ਹੈ ਆਰਫ ਹੁਸੈਨ ਸਦਕਾ ਪੰਜਾਂ ਤੇ ਬਾਰਾਂ ਦਾ ਇਮਾਮ ਜ਼ਮਾਨਾ ਉਹਨਾਂ ਨੇ ਸ਼ਿਫਾਏ ਕੁਲੀ ਅਤਾ ਫਰਮਾਇਆ ਬਾਨੀ ਮਜਾਲਸ ਦੀ ਤੋਫੀਕਾਤ ਇਜ਼ਾਫਾ ਹੋਵੇ ਇਮਾਮ ਜ਼ਮਾਨਾ ਤੁਸਾਂ ਸਾਰੇ ਜ਼ਦਾਨ ਉਹਨਾਂ ਨੂੰ ਕਿਸੇ ਦਾ ਮੁਹਤਾਜ ਨਾ ਕਰੇ ਜ਼ਿਕਰ ਖੁਦ ਮੌਜਜ਼ਾ ਹੈ ਬਹਿਣ ਤੇ ਬਿਰਾ ਦੀ ਵਾਲੀ ਜਿੰਨਾ ਮਿਹਨਤ ਹੈ ਜ਼ਿਕਰ ਖੁਦ ਮੌਜਜ਼ਾ ਹੈ ਬਹਿਣ ਤੇ ਬਿਰਾ ਦੀ ਮਿਹਨਤ ਹੈ ਔਰ ਇਹ ਜ਼ਿਕਰ ਤਾਂ ਕਿਆਮਤ ਤੱਕ ਰਾਸੀ ਜਗ ਹੋਸੀ ਤਾਂ ਭਾਵੇਂ ਨਾ ਹੋਸੀ ਜ਼ਿਕਰ ਹੋਸੀ ਜਗ ਹੋਸੀ ਤਾਂ ਭਾਵੇਂ ਨਾ ਹੋਸੀ ਜ਼ਿਕਰ ਹੋਸੀ ਤੁਸੀਂ ਹੋਸੋ ਤਾਂ ਭਾਵੇਂ ਨਾ ਹੋਸਾ ਜ਼ਿਕਰ ਹੋਸੀ ਤਾਂ ਜਿਹੜਾ ਬੰਦਾ ਕਹਿੰਦਾ ਮੈਂ ਧਮਾਕੇ ਕਰਸਾਂ ਮਜਲਸਾ ਨਾ ਹੋਸਨ ਏਸ਼ੀਆ ਬਜ਼ੁਰਗ ਜਵਾਨ ਮੇਰਾ ਸਾਥ ਨਾ ਦੇਵੇ ਤਾਂ ਜਗ ਕਿੱਥੇ ਪੜੇ ਕਸਮ ਕੁਰਾਨ ਦੀ ਉਠਾ ਕੇ ਤਾਂ ਪਿਆ ਜਿਹੜਾ ਬੰਦਾ ਇੱਕੋ ਦਫ਼ਾ ਕਹਿ ਦੇਵੇ ਧਮਾਕਾ ਕਰਸਾਂ ਜ਼ਿਕਰ ਨਾ ਹੋਸੀ ਧਮਾਕੇ ਵਾਲਾ ਨਾ ਹੋਸੀ ਜ਼ਿਕਰ ਹੋਸੀ ਮੈਂ ਸਲਾਮ ਕਰਦਾ ਤੁਸਾਂ ਮੁਮਨੀਨ ਕੋ ਜਿਹੜੇ ਨਬੀ ਨਬੀ ਪਕੜ ਦਿਓ ਅਲੀ ਅਲੀ ਪਕੜ ਦਿਓ ਮੈਂ ਬਿਸਮਿਲ੍ਲਾ ਕਰਾਂ ਧਮਾਕੇ ਵਾਲਾ ਨਾ ਹੋਸੀ ਜ਼ਿਕਰ ਜਿਹੜਾ ਬੰਦਾ ਦਾ ਜ਼ਿਕਰ ਹੋਸੀ ਸਲਵਾਤ ਵੀ ਹੋਸੀ ਬਾਵਾ ਜ਼ਿਕਰ ਪੜੋ ਕਾਫੀ ਦੋਸਤਾਂ ਦਾ ਹੁਕਮ ਹੈ ਕਸੀਦਾ ਹੈ ਬਹੁਤ ਪਿਆਰਾ ਜੀ ਕਸੀਦਾ ਹੈ ਹਜ਼ਰਤ ਇਮਾਮ ਹਸਨ ਮੁਜਤਬਾ ਦਾ ਕਹਿੰਦਾ ਇਮਾਮ ਹਸਨ ਮੁਜਤਬਾ ਦਾ ਬੀਬੀ ਬਤੂਲ ਦੇ ਅਮੀਰ ਬੱਚੜੇ ਦਾ ਜਿਹੜਾ ਬੰਦਾ ਖਲੂਸ ਨਾਲ ਸਲਵਾਤ ਪੜ ਸੀ ਉਹ ਬੰਦਾ ਵੀ ਅਮੀਰ ਹੋ ਜਾ ਸੀ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲ ਮੁਹੰਮਦ ਗੱਲ ਮੇਰੀ ਸੁਣੋ ਹਮਤਨ ਗੋਸ਼ ਹੋ ਕੇ ਗੱਲ ਸੁਣੋ ਉਹਦੇ ਬਾਅਦ ਤੁਸੀਂ ਨਬੀ ਨਬੀ ਕਰਸੋ ਅਲੀ ਅਲੀ ਕਰਸੋ ਮਿਹਰਬਾਨੀ ਜੀ ਮੇਰੀ ਗੱਲ ਸੁਣੋ ਨਿਹਾਇਤ ਹੀ ਖਲੂਸ ਅਤੇ ਮੁਹੱਬਤ ਦੇ ਨਾਲ ਹਮਤਨ ਗੋਸ਼ ਹੋ ਕੇ ਮੇਰੀ ਗੱਲ ਸੁਣੋ ਇੱਕ ਬੰਦੇ ਨੇ ਭੈਣ ਤਵੱਜੋ ਕਰਨਾ ਬਾਈ ਇੱਕ ਬੰਦੇ ਨੇ ਇਮਾਮ ਹਸਨ ਮੁਜਤਬਾ ਨੂੰ ਸ਼ਾਮ ਬੁਲਾਇਆ ਮੈਂ ਉਸ ਬੰਦੇ ਦਾ ਨਾਂ ਨਹੀਂ ਚਾਹਣਾ ਤੁਹਾਨੂੰ ਪਤਾ ਚੱਲ ਜਾ ਸੀ ਇਹ ਬੰਦਾ ਕਿਹੜਾ ਹੈ ਹਾਲਾਂਕਿ ਬੰਦਾ ਨਹੀਂ ਸ਼ਾਬਾਸ਼ ਸ਼ਾਬਾਸ਼ ਇਮਾਮ ਹਸਨ ਮੁਜਤਬਾ ਨੂੰ ਭਾਈ ਜਾਨ ਇਮਾਮ ਹਸਨ ਮੁਜਤਬਾ ਨੂੰ ਸ਼ਾਮ ਬੁਲਾਇਆ ਬੁਲਾ ਕੇ ਬਿਠਾ ਕੇ ਬੁਲਾ ਕੇ ਬਿਠਾ ਕੇ ਇਹ ਇਸ ਤਰੀਕੇ ਨਾਲ ਇਮਾਮ ਹਸਨ ਅਮੀਰ ਦੇ ਪਾਸ ਇਸ ਬੰਦੇ ਨੇ ਵੇਖਿਆ ਵੇਖਿਆ ਤੇ ਹਸਨ ਮੁਜਤਬਾ ਇਹ ਤੇਰੇ ਬਾਬੇ ਅਲੀ ਅਤੇ ਮੇਰੀਆਂ ਬੜੀਆਂ ਬੜੀਆਂ ਜੰਗਾਂ ਰਹੀਆਂ ਇਹ ਵੱਖਰੀ ਗੱਲ ਜੇ ਮੈਂ ਇੱਕ ਵੀ ਨਹੀਂ ਜੀਤਾ ਪਿੱਛੇ ਨਹੀਂ ਰਹਿਣਾ ਮੈਂ ਬਿਸਮਿਲ੍ਲਾ ਕਰਾਂ ਇਹ ਬੰਦਾ ਕਹਿੰਦਾ ਤੇਰੇ ਬਾਬੇ ਅਲੀ ਅਤੇ ਮੇਰੀਆਂ ਮੁਸਲਸਲ ਜੰਗਾਂ ਰਹੀਆਂ ਪਰ ਮੈਂ ਹੁਣ ਇਹ ਚਾਹੁੰਦਾ ਵਾਂ ਕਿ ਤੇਰੀ ਅਤੇ ਮੇਰੀ ਸੁਲਾਹ ਹੋ ਜਾਏ ਤੁਸੀਂ ਕਰ ਗਏ ਉਹ ਚੁੱਪ ਜਿਹਨੂੰ ਇਸ ਬੰਦੇ ਆ ਕਹਿੰਦਾ ਤੇਰੀ ਅਤੇ ਮੇਰੀ ਸੁਲਾਹ ਹੋ ਜਾਏ ਇਮਾਮ ਨੇ ਫਰਮਾਇਆ ਕਿਉਂ ਵੇਖਿਆ ਤੇ ਹਸਨ ਤੂੰ ਵੀ ਸਰਦਾਰ ਹੈ ਮੈਂ ਵੀ ਸਰਦਾਰ ਹਾਂ
जरा कदा नहीं बोला सारचा रहते जग आले पासे रेके। जिस वेले इस बंदे ने आखे ना तू भी सरदार है मैं भी सरदार हाँ, पूरे वजूद खुच खींच के ना इमाम हसन मुज्तबा के चेहरे ते इस बंदे की अख दे चक पा के इमाम फरमाते हैं मैनू दस तेनू किने सरदार बनाए। मैं हाथ वेखना चाहना कि प्याली अली करें शाबाश शाबाश मेरे चांद मैं बिस्मिल्लाह करा तेनू बोलो ना किने सरदार बनाए। ये थले मुंह करके आते तो मैं सरदार कोई नहीं फरमाए नहीं सरदार हाँ तो मैं फकत बतूल का पोत्र हाँ। मैं कसीदा शुरू करन मैं बिस्मिल्लाह करा सरदार हाँ तो मैं फकत बतूल का एक दफा मेरे लिख सारा मजमा बजुर जवान मेरे आपस तक ना सरदार हाँ तो मैं फकत बतूल का पोत्र हाँ। ये थले मुंह करके आते तो मैनू दसो मैं सरदार किवें कोई ना मैं सरदार किवें कोई ना जनाब होनी किवें सरदार है। इसे जगह पर इमाम हसन मुज्तबा का खुतबा है अगर तुसी इजाजत रहो इमाम हसन मुज्तबा ने इस बंदे के पास वेख के जेरी गल की है जनाब को सुनावा चाहो ये बंदे आ के मैं सरदार किवें कोना तो तुसा सरदार किवें हिवे इमाम ए इस तरीके नाल बंदे की अखी चक पाती वेख के फरमाते हैं आ मैं तैनू ने समा मेरी तारीफ में अफलाक से कुरान आया है मेरी तारीफ में अफलाक से कुरान सुनो इब्ने अली ने ही जमाने को सजाया है सुनो इब्ने अली ने ही जमाने को सजाया है सुनो इब्ने अली ने ही जमाने को सजाया है सुनो इब्ने अली ने ही जमाने को सजाया है भला औकात क्या तेरी तू मेरी शान को समझे भला औकात क्या तेरी तू मेरी शान को इन्हीं हाथों से मैंने ही यहाँ सारा बनाया मैं हाथ वेखा दे मैनू हाथ वेखा दे शाबाश मेरे भाई शाबाश मेरे भाई हाथ बलंद करके बड़ा नारा है इधरी ने झिका ने ऊंचा नारा है इधरी आलाजमत प्यारे भाई सलाम सलाम यार ऊंचे बोलो यारा किसी जी सही मेहरबानी भाई जी शुक्रिया भाई जी बाबा तू जी में तेरे पुत्र जी में मेरा अल्लाह सदका पंजां ते बारां दा इन्हां तमाम मजादारां नूं किसे दा मोहताज न कर कायनात दा खालिक मालिक जेरे इमाम हसन मुज्तबा दा खुतबा सुन के शान सुन के बोलदे पैन इन्हां सारां को बहुत बड़ा रिज़्क अता फरमा। मैं दुआ कीती है हाँ दे विचों इमाम की आवाज़ आँदी है तेन पते कौन नहीं मैं कितनी शान का मालिक हाँ मैं कितनी इज्जत का मालिक हाँ इमाम हसन मुज्तबा ने इस बंदे की अख दे चाक पा के बहुत बड़ी गल की है इमाम की आवाज़ आँदी है आ मैं तेन दसा मैं हसन मुज्तबा कौन हाँ सारे घर कैसा है इमाम इन पास वेख गया आ मैं तेन दसा खुदा ने ऐसे आलम से हसी सौगात भेजी है खुदा ने ऐसे आलम से हसी सौगात भेजी है खुदा ने ऐसे आलम से हसी सौगात भेजी है खुदा ने ऐसे आलम से भाई 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 भेजी है खुदा ने ऐसे आलम से हसी सौगात भेजी है तेरे घर पर तबल्ला घर मेरे सलावात भेजी मैं हाथ वेखा दे मेरे चांद बिस्मिल्लाह करा शाबाश सलाम 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 मैं राजी हूँ भाई जिंदगी दसो ये दसो ये सत्तर मैं दोबारा पढ़ दिया
ਮੈਂ ਤਾਰੀ ਮੰਨਦਾ ਤੁਸੀਂ ਮੇਰੀ ਮੰਨੋ। ਇਹ ਜਿਹੜੇ ਹਿੰਜ ਕੀਤੀ ਬੈਠੇ ਹੋ ਨਾ, ਤੁਸੀਂ ਝੋਲੀ ਫੈਲਾ ਪਵੋ, ਗੱਲਾਂ ਵੱਡੀਆਂ ਨੇ। ਆਓ ਸੱਚ ਆਓ, ਹੱਥ ਖੋਲੋ, ਗੱਲ ਵੱਡੀਏ। ਦੁਬਾਰਾ ਸੱਤਰ ਜਨਾਬ ਦੇ ਹਵਾਲੇ ਕਰਨ ਦਾ ਪਿਆ ਇਮਾਮ ਫਰਮਾਇਆ ਦਾ, ਮੈਂ ਤੈਨੂੰ ਦੱਸਾਂ ਖੁਦਾ ਨੇ ਐਸੇ ਆਲਮ ਸੇ ਹਸੀ ਸਗਾਤ ਭੇਜੀ ਹੈ, ਖੁਦਾ ਨੇ ਐਸੇ ਆਲਮ ਸੇ ਹਸੀ ਸਗਾਤ ਭੇਜੀ ਹੈ, ਤੇਰੇ ਘਰ ਪਰ ਤਬਰਾ ਘਰ ਮੇਰੇ ਸਲਵਾਤ ਭੇਜੀ ਹੈ, ਤੇਰੇ ਘਰ ਪਰ ਤਬਰਾ ਘਰ ਮੇਰੇ ਸਲਵਾਤ ਭੇਜੀ ਹੈ, ਅਜ਼ਲ ਸੇ ਲੈ ਕੇ ਮਾਸ਼ਰ ਤੱਕ ਹਮਾਰੀ ਨੇਕ ਨਾਮੀ ਹੈ, ਅਜ਼ਲ ਸੇ ਲੈ ਕੇ ਮਾਸ਼ਰ ਤੱਕ ਹਮਾਰੀ ਨੇਕ ਨਾਮੀ ਹੈ, ਹਮਾਰੀ ਸ਼ਾਨ ਕਮਨ ਕਰ ਜੋ ਬੰਦਾ ਹੈ ਹਰਾਮੀ ਹੈ, ਹਮਾਰੀ ਸ਼ਾਨ ਕਮਨ ਕਰ ਜੋ ਬੰਦਾ ਹੈ ਹਰਾਮੀ ਹੈ, ਹਮਾਰੀ ਸ਼ਾਨ ਕਮਨ ਕਰ ਜੋ ਬੰਦਾ ਹੈ ਹਰਾਮੀ ਹੈ, ਮੇਰੇ ਘਰ ਮੇ ਰਿਸਾਲਤ ਹੈ, ਮੇਰੇ ਘਰ ਮੇ ਇਮਾਮਤ ਹੈ, ਮੇਰੇ ਘਰ ਮੇ ਰਿਸਾਲਤ ਹੈ, ਮੇਰੇ ਘਰ ਮੇ ਇਮਾਮਤ ਹੈ, ਸ਼ਕਲ ਮੇ ਰਹਿਮਾਨ ਵੀ ਧਰਤੀ ਪੇ ਆਇਆ ਹੈ, ਹੱਥ ਬੁਲੰਦ ਕਰਕੇ ਪੂਰਾ ਮਜਮਾ ਬੋਲੋ ਬੋਲੋ, ਸਖੀ ਲਜਪਾਲ ਕਾਲਾ ਲਾਰਾ ਬਿਸਮਿਲਾ ਕਰੋ, ਤੁਸੀਂ ਜੀਓ ਇਹ ਸਾਰਾ ਮਜਮਾ ਜੀਵੇ, ਤੁਸੀਂ ਨਾਰਾ ਵੱਡਾ ਮਾਰਾ, ਮੈਂ ਸ਼ੇਰ ਵੱਡਾ ਪੜ੍ਹਨ ਦਿਆ। ਮੈਂ ਅੱਜ ਬੰਦਾ ਵੇਖਣਾ ਚਾਹੁੰਦਾ, ਕਹਿ ਕੋ ਮਾਂ ਨਾ ਦੇ ਅਲੀ ਪੱਟ ਦੁੱਧ ਪੀ ਲੈ, ਮੈਂ ਪੜ੍ਹਾਂ ਇਮਾਮ ਹਸਨ ਮੁਜਤਬਾ ਦਾ ਖੁਤਬਾ, ਸੁਣਨ ਵਾਲੇ ਹੋਵਨ ਮੋਮਿਨ, ਹਲਾਲੀ ਤੇ ਮਵਾਲੀ ਬੰਦਾ ਜਿਉਂਦਾ ਬੈਠਾ ਤੇ ਅਲੀ ਅਲੀ ਕਿਵੇਂ ਨਾ ਕਰੇ, ਅੱਲਾ ਦੇ ਨਾਂ ਤੇ ਹਰ ਬਜ਼ੁਰਗ ਜਵਾਨ ਸੱਚ ਆਵੇ ਜੱਗ ਵਾਲੇ ਪਾਸੇ ਦੇਖੇ, ਇਮਾਮ ਦੀ ਆਵਾਜ਼ ਆਉਂਦੀ, ਤੈਨੂੰ ਕਿਸੇ ਨੇ ਦੱਸਿਆ ਮੈਂ ਹਸਨ ਮੁਜਤਬਾ ਕਿਤਨੀ ਸ਼ਾਨ ਦਾ ਮਾਲਿਕ ਹਾਂ, ਤੈਨੂੰ ਕਿਸੇ ਨੇ ਦੱਸਿਆ ਮੈਂ ਕਿਤਨੀ ਇੱਜ਼ਤ ਦਾ ਮਾਲਿਕ ਹਾਂ, ਇਮਾਮ ਦੀ ਆਵਾਜ਼ ਆਉਂਦੀ ਹੈ ਆ ਮੈਂ ਤੈਨੂੰ ਦੱਸਾਂ, ਇਮਾਮ ਹਸਨ ਮੁਜਤਬਾ ਇਸ ਬੰਦੇ ਦੀ ਅੱਖ ਦੇ ਵਿੱਚ ਅੱਖ ਪਾ ਕੇ ਫਰਮਾਇਆ, ਆ ਮੈਂ ਤੈਨੂੰ ਦੱਸਾਂ, ਮੇਰਾ ਘਰ ਵੋ ਹੈ ਜਿਸ ਘਰ ਮੇ ਹਰ ਇੱਕ ਚਿਹਰਾ ਨਬੀ ਸਾ ਹੈ, ਮੇਰਾ ਘਰ ਵੋ ਹੈ ਜਿਸ ਘਰ ਮੇ ਹਰ ਇੱਕ ਚਿਹਰਾ ਨਬੀ ਸਾ ਹੈ, ਮੇਰਾ ਘਰ ਵੋ ਹੈ ਜਿਸ ਘਰ ਮੇ ਹਰ ਇੱਕ ਚਿਹਰਾ ਨਬੀ ਸਾ ਹੈ, ਮੇਰਾ ਮਸ਼ਰਕ ਕੋ ਬੀ ਮਗਰਬ ਸੇ ਮਿਲਾ ਦੋ ਏਕ ਲਮਹੇ ਮੇ, ਮੈਂ ਮਸ਼ਰਕ ਕੋ ਬੀ ਮਗਰਬ ਸੇ ਮਿਲਾ ਦੋ ਏਕ ਲਮਹੇ ਮੇ, ਅਗਰ ਚਾਹ ਤੁਝੇ ਮਿੱਟੀ ਬਣਾ ਦੋ ਏਕ ਲਮਹੇ ਮੇ, ਅਗਰ ਚਾਹ ਤੁਝੇ ਮਿੱਟੀ ਬਣਾ ਦੋ ਏਕ ਲਮਹੇ ਮੇ, ਮੁਝੇ ਤਲਵਾਰ ਸੇ ਲੜਨੇ ਕੀ ਮੋਹਤਾਜੀ ਨਹੀਂ ਸੁਣ ਲੇ, ਮੁਝੇ ਤਲਵਾਰ ਸੇ ਲੜਨੇ ਕੀ ਮੋਹਤਾਜੀ ਨਹੀਂ ਸੁਣ ਲੇ, ਕਿਹੜਾ ਬੰਦਾ ਜਿਹੜੇ ਹੱਥ ਉੱਚੇ ਨੇ, ਹਾਏ 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 ਸ਼ਾਬਾਸ਼ ਮੇਰੇ ਬੱਚੇ, ਸ਼ਾਬਾਸ਼ ਸ਼ਾਬਾਸ਼, ਔਰ ਬਿਸਮਿਲਾ ਕਰ, ਸਾਰੀ ਖੈਰ ਪਹੁੰਚ ਗਿਆ, ਖੈਰ ਬਸ ਹੁਣ ਟਾਈਮ ਸੁਣ ਯਾਰ, ਮਾਸ਼ਾ ਮੇਰੇ ਬਾਅਦ ਮੇਰੇ ਪਿਆਰੇ ਭਾਈ ਪੜ੍ਹਨੇ ਇਮਾਮ ਹੁਸੈਨ ਅਲੈਹਿਸ ਸਲਾਮ ਦੇ ਬਹੁਤ ਬੜੇ ਮਦਾ ਜੀ, ਬਿਸਮਿਲਾ ਕਰ, ਕਿਸੇ ਤਾਰਫ ਦੇ ਮੁਹਤਾਜ ਨੇ ਆਲੀ ਜਨਾਬ ਜ਼ਾਕਿਰ ਆਲੇ ਮੁਹੰਮਦ ਭਾਈ ਹਬੀਬ ਰਜ਼ਾ ਹੈਦਰੀ ਸਾਹਿਬ ਜੀ, ਬਿਸਮਿਲਾ ਕਰ, ਹੈਦਰੀ ਸਾਹਿਬ ਨਾਰਾਏ, ਚਲੋ ਠੀਕ, ਅੱਛਾ ਮੈਂ ਗੱਲ ਦਾ ਜਵਾਬ ਦੇ, ਇਹ ਮੇਰੇ ਮੁਰਸ਼ਿਦ ਦਾ ਨਾਮ ਹੈ ਇਸਮੇ ਮੁਬਾਰਕ, ਮੇਰੇ ਪੀਰ ਦਾ ਨਾਂ ਚਾਹੁੰਦਾ ਖਤਮੇ ਕੁਰਾਨ ਦਾ ਸਵਾਬ ਹੈ, ਸੱਚ ਹੈ
ਉਹ ਬੋਲੋ ਯਾਰ ਪੱਖਾ ਚਲਾਓ ਦੱਸੋ ਜੀ ਮੈਂ ਗੱਲ ਕੀਤੀ ਹੈ ਮੁਮਨੀਨ ਨੇ ਹੱਥ ਬੁਲੰਦ ਕਰਕੇ ਨਾਰੇ ਦਾ ਜਵਾਬ ਦਿੱਤਾ ਜੀ ਮੈਂ ਸਾਰਾ ਤੇ ਰਾਜ਼ੀ ਹਾਂ ਮੈਂ ਤੁਹਾਡੇ ਤੇ ਰਾਜ਼ੀ ਨਾ ਹੋਵਾਂ ਤਾਂ ਕਹਿੰਦੇ ਤੇ ਰਾਜ਼ੀ ਹੋਵਾਂ ਤੁਸੀਂ ਬੋਲਦੇ ਪਏ ਹੋ ਅਲੀ ਅਲੀ ਕਰਦੇ ਪਾਓ ਨਬੀ ਨਬੀ ਕਰਦੇ ਪਏ ਹੋ ਤਮਾਮ ਤੁਸਾਂ ਮੁਮਨੀਨ ਤੇ ਤਾਂ ਰਾਜ਼ੀ ਹਨ ਵੀ ਤੁਸੀਂ ਜ਼ਿਕਰ ਚਾਹ ਕੇ ਬੋਲਦੇ ਪਏ ਹੋ ਕੁਝ ਲੋਕ ਹਨ ਹੁਣ ਵੀ ਹਨ ਜ਼ਬਾਨ ਹੈ ਜ਼ਬਾਨ ਰੱਖਦੇ ਨੇ ਬੋਲਦੇ ਨਹੀਂ ਵੀ ਜ਼ਬਾਨ ਹੈ ਬੁਲੈਂਦੇ ਬੋਲੋ ਬੁਲੈਂਦੇ ਨਹੀਂ ਲਾਇਆ ਕੁਰਾਨ ਨਾ ਹੀ ਦਫਾ ਜਲਦ ਸੱਤ ਰਖਾ ਮੇਰੇ ਆਕਾ ਅਮੀਰ ਅਲ ਮੁਮਨੀਨ ਦੇ ਕਿਹੜੇ ਵੱਡੇ ਵੱਡੇ ਹੁਕਮਦਾਰ ਗੁਜ਼ਰਨ ਕੁਰਾਨ ਦੀ ਕਸਮ ਹੈ ਜਿਹੜੇ ਜ਼ਬਾਨ ਕਟਾ ਕੇ ਆਦੇ ਰਹਿਣ ਅਲੀ ਹਾਕੇ ਹਾਏ 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 ਅਲੀ ਸਾਰੇ ਬੋਲੋ ਅਲੀ ਉੱਚਾ ਬੋਲੋ ਅਲੀ ਸਾਰੇ ਬੋਲੋ ਅਲੀ ਜੇ ਅਲੀ ਹਾਕੇ ਤੇ ਤੇਰੇ ਹੱਕ ਬਣਦੇ ਸਰ ਚਾਹ ਤੇ ਮੇਰੇ ਅਲ ਪਾਸੇ ਦੇਖ ਮੈਂ ਦੁਬਾਰਾ ਗੱਲ ਕਰਦਾ ਪਿਆ ਹਾਜੀ ਸਾਹਿਬ ਮੇਰੇ ਮੁਰਸ਼ਦ ਦਾ ਨਾਂ ਚਾਹਣਾ ਖਤਮ ਹੈ ਕੁਰਾਨ ਦਾ ਸਵਾਬ ਹੈ ਤਬਕ ਮੇਰੀ ਇੱਕ ਗੱਲ ਸੁਣ ਪਤਾ ਗੱਲ ਕਿਹੜੀ ਹੈ ਗੱਲ ਇਹ ਹੈ ਨਰ ਮਾਰ ਵੈਲੀ ਦਾ ਬਦਾਰ ਅਲੀ ਦਾ ਨਰ ਮਾਰ ਵੈਲੀ ਦਾ ਬਦਾਰ ਅਲੀ ਦਾ ਨਰ ਮਾਰ ਅਲੀ ਦਾ ਬਦਾਰ ਅਲੀ ਦਾ ਨਰ ਮਾਰ ਅਲੀ ਦਾ ਬਦਾਰ ਅਲੀ ਦਾ ਪੱਖਾ ਚੱਲਦਾ ਚਲੋ ਬਦਾਰ ਅਲੀ ਦਾ ਚਲੋ ਨਰ ਮਾਰ ਅਲੀ ਦਾ ਚੈਨ ਮਿਲ ਗਏ ਹੁਸੈਨ ਮਿਲ ਗਏ ਮੈਂ ਬੰਦਾ ਵੇਖਾਂ ਚਾਹ ਕਿਹੜਾ ਕਿਹੜਾ ਬੰਦਾ ਹੈ ਜਿਹੜਾ ਜਿੰਦਾ ਬੈਠੇ ਤੇ ਨਾ ਦੇ ਅਲੀ ਬਣ ਕੇ ਤੇ ਮਾਂ ਨੂੰ ਦੁੱਧ ਪਿਲਾਏ ਤੇ ਬੰਦਾ ਚੁੱਪ ਰਹੇ ਹੋ ਸਕਦੇ ਗੱਲ ਵੱਡੀ ਔਰ ਜਨਾਬ ਦੇ ਹਵਾਲੇ ਕਰੇ ਦਾ ਪਿਆ ਮੈਂ ਕਸਮ ਜਾ ਕੇ ਦਾ ਪਿਆ ਮੌਲਾ ਅਲੀ ਕਾਬੇ ਆਇਆ ਕਾਬਾ ਕੇ ਬੋਲਾ ਬਣਾਇਆ ਮਿਹਰਬਾਨੀ ਨਵਾਜ਼ਿਸ਼ ਐਨ ਨਵਾਜ਼ਿਸ਼ ਤੁਸੀਂ ਬਹੁਤ ਕਮਾਲ ਦਾ ਸੁਣੇ ਇਹਦਾ ਸਿੱਲਾ ਇਹਦਾ ਆਜਰ ਜਾਗ ਨਹੀਂ ਦੇਵਣਾ ਇਹਦਾ ਸਿੱਲਾ ਔਰ ਇਹਦਾ ਆਜਰ ਯਕੀਨਨ ਯਕੀਨਨ ਸਹੀ ਅਤਾ ਫਰਮੈਸਰ ਬਿਸਮਿਲਾ ਕਰਾਂ ਠੀਕ ਆਓ ਬਿਸਮਿਲਾ ਕਰਾਂ ਆਓ ਵਾਲੇ ਜਨਾਬ ਬਿਸਮਿਲਾ ਸਰ ਮੁਲਕ ਪਾਕਿਸਤਾਨ ਦੀ ਬਹੁਤ ਬੜੀ ਸ਼ਖਸੀਅਤ ਬਹੁਤ ਬੜੀ ਇੱਜ਼ਤ ਵਾਲੇ ਬਹੁਤ ਬੜੀ ਸ਼ਾਨ ਵਾਲੇ ਬਹੁਤ ਬੜੇ ਨੂਏ ਖਾਨ ਆਲੇ ਜਨਾਬ ਮੇਰੇ ਪਿਆਰੇ ਭਾਈ ਹਸਨ ਸਾਦਿਕ ਸਾਹਿਬ ਉਹ ਵੀ ਤਸ਼ਰੀਫ ਫਰਮਾ ਹੋਏ ਅਤੇ ਮੈਂ ਵੀ ਕਸੀਦਾ ਹੁਣ ਪਾਉਂਦਾ ਹਾਂ ਕਮਾਲ ਦਾ ਕਸੀਦਾ ਇਹ ਦੱਸੋ ਮੈਂ ਜੇ ਸਾਡੇ ਭਾਈਆਂ ਦਾ ਹੁਕਮ ਹੈ ਉਹਨਾਂ ਦੇ ਹੁਕਮ ਦੀ ਤਾਮੀਲ ਦੀ ਖਾਤਰ ਕਸੀਦਾ ਜੇ ਮੈਂ ਬੀਬੀ ਬਤੂਲ ਦਾ ਸੁਣਾਵਾਂ
ਹਿੰਜ ਕਰਸੋ ਜਾਂ ਹਿੰਜ ਕਰਸੋ ਪੱਕੀ ਗੱਲ ਜੀ ਚਲੋ ਠੀਕ ਹੈ ਇਹ ਦੱਸੋ ਬਾਈ ਤੁਹਾਡੇ ਜ਼ਿਹਨਾਂ ਦੇ ਵਿੱਚ ਬੀਬੀ ਬਤੂਰ ਦੀ ਕਿਤਨੀ ਅਜ਼ਮਤ ਬੁਲੰਦ ਹੈ ਉਤਨੀ ਬਲਾ ਸਲਾਹ ਪੜ੍ਹੋ ਕੁੱਲ ਨਜ਼ਮ ਕਾਇਨਾਤ ਹੈ ਜ਼ਹਰਾ ਕੇ ਹੱਥ ਮੇਂ ਮੈਂ ਸ਼ੇਰ ਵੱਡਾ ਪਰਦਾ ਪੀਆਂ ਭਾਈ ਜਾਨ ਖੁਦਾ ਦਾ ਆਪਣਾ ਅਸੂਲ ਹਿੱਕੇ ਖੁਦਾ ਦਾ ਆਪਣਾ ਅਸੂਲ ਹਿੱਕੇ ਜ਼ਵਾਰ ਹਾਸਿਲ ਹਸੂਲ ਹਿੱਕੇ ਤੂੰ ਚਾਰ ਧੀਆਂ ਜਾਂ ਚਾਲੀ ਆ ਕੇ ਕਸਮ ਖੁਦਾ ਦੀ ਬਤੂਲ ਹਿੱਕੇ ਬਿਸਮਿਲਾ ਕਰਾਮ ਜ਼ਿੰਦਗੀ ਹੋਵੇ ਹਯਾਤੀ ਹੋਵੇ ਸਾਰਿਆਂ ਦਾ ਭਲਾ ਹੋਵੇ ਗੱਲ ਵੱਡੀਏ ਮਜਮਾ ਵੱਡਾ ਹੈ ਸਤਰਾਂ ਵੱਡੀਆਂ ਨੇ ਉਹ ਜਨਾਬ ਦੇ ਹਵਾਲੇ ਕਰੇ ਦਾ ਪਿਆ ਮੈਂ ਬੰਦਾ ਦੇਖਣਾ ਚਾਹੁੰਦਾ ਕਿਤਨੇ ਅਲੀ ਅਲੀ ਕਰਨ ਦਾ ਤਵੱਜੋ ਕਰਨੀ ਹੈ ਭਾਈ ਰੋਕਾਂ ਦਸ ਅਮਰੀ ਅਤੇ ਬੇਵਾਸ
बड़ी गर्मी है, मैं समझा के पढ़दा। जरा शी है ते शियां दे घर जमें सर चावे ते मेरे पास रेके जड़ा उजड़ के वल्ले न हर कोई छां ते बांधा असगर दी मां धूप ते बांधी। एक दिन जनाब सजाद मां दे कोल आएं ठंडा सा भर के दिन अम्मा मोया नाल कोई नी मरवेंदा। अम्मा मिन्ना तला ठंडा पानी पी छां ते जो तू तो चुप कर गई असगर दी माड़ी दुखी गल की मदीना हलन लग मेरे आले पासे वेख्या है जरा हाथ है बीबी पेशानी ते रखा है। जनाबे सजाद पासे वेख्या दे सजाद हर को जमे कुआ दे ठंडा पानी पी हर को जमे कुआ दे छात जुल बीबी दी आवाज ने है रे महारी बचना ते कोई नहीं आता जो तू रात न रुना कर अल्लाह द्वारा भला करे अल्लाह गवाह जरा रात रोवन दा नाम है रात रुकी नहीं रात बध गई जनाबे सज्जाद मां दे पास वेख के फरमाने रात की वे रोका दास हमारी ते बे वास अखियां चो वादी ओ मैं कोई इंज लगदा है बदमा जावे जे मेरी मां भये उठ तो शाबाश बस अल्लाह मान भाई अल्लाह मान भाई बिस्मिल्ला। मेरिया फुफिया मावो जख्मी है या गाल जिगर को खा दी आज तई ने जा दिया नौका ते तहेर नजर है मैं रात की रोका मैं तो फुफिया दे बुरक नजर थकना नहीं ओ की शहादत है बीबी रुबाब दी। मैं लख दफा बाबा मैं करोड़ा दफा दरासा फरमाए आज ताई ने जांदिया नोक दे ततहीर नजर है मैं कफन च रोजा मैं जन्नत च रोजा बड़ा रोवना है। दो सही आजादियां टुर पई हैं हाजी साहब मैं क्या आख्या दो सही आजादियां टुर पई हैं असगर दी मां दे कोल हैं हाय हुसैन ए तरीके दे नाल असगर दी मां दा हत्थ पकड़ा ने ठंडा सा भर के आ दिन छां ते जलो बड़ी गर्मी है तू ता चुप कर गई अल्लाह गवाए रोवण वाले लोगो जडा बीबी हाथ च पकड़े असगर दी मां आसमान दो डिठा है मेरे देखी इन आसमान वाले पास वेख दे मेरा अल्लाह जे मैं हाथ छुड़वे दिया ता हया नहीं रहा मेरा अल्लाह और याद रखा है जना बीबी धूप तो उठ के छाल पास टुरी है ना सह दियावा तो पहले पहले बीबी दरू परवाज कर गए जी बिस्मिल्लाह करा वत इन्ना लिल्लाहि व इन्ना इलैहि राजिऊन घर के रजक मौत ने रुआया भाई हबीब कसम कुरान दी चा क्या दपियां जडो के मर्द मर वने गुस्ल वेले मर्द गुस्ल वेले से तो पटका अमामा पग लहेन वला गुस्ल दिवेन ते जन कोई मस्तूर मर वने मस्तूर दी चादर दुपट्टा लहेन वला गुस्ल दिवेन मर वने जग ते जुमला मैं न पढ़ा औखा जुमला अल्लाह गवाए जना बीबी दा गुस्ल शुरू थी मैं सदके थी वना ते बीबी असगर दी मां दी चादर लाइए ए ता औखा जवन अल्लाह गवाए बीबी निगाह की थी असगर दी मां अपनी चादर दे नाल दमा दम दे नाल कोई शै बधी होई है तू ता चुप कर गई है बीबी रो अल्लाह के रो गया दिन गंड खोल जा मत सकीना दे दूर होवे मैं लख दा बादर सा असगर दी मादी वो चादर दे ओ जड़ा फुफिया दामन खोले दामन खोला ने सोना चांदी ना आई चांद सड़े हुए टुकड़े है वो पी गए दे दो एली असगर दे
हाथ ना बाद चांद सड़े आए टुकड़े है वो पी गए दे दो मजमे दे विच को सैयद बैठे जितने सैयद बैठो हाथ खड़े करो तुसा सैयद हो मैं मुसाफिर हाँ पर मेहमान हाँ अज मैं धुप्पा ते बाहन वाली दा बैल दुखा जिया ते अनोखे रंग दा पना का मातम करे सो बोलो यार मातम करे सो जिन्हें बिस्मिल्लाह करा मो गए मजलिस लाया कुरान मेरे साथ रखाओ ए तमोरा लवेने ए मिंबर रही बतूर दे बछड़े दी मजारे मैं हाथ रख के आदा पिया धुप्पा उत्ते जींदी रहिए अली असगर दी उजड़ी ना चाहते ही कजा मेरे गई भला करे जी बाबा मेरा कुआसा दिमागरिया झोलियां सिख दिए मेरा लाला गुहाइया दिया ले बटने मैं हुसैन दा करा हाजी साहब मैं करोकने तेरे पुत्र जी आज मैं शिया बंदा वेखना चाहना आज मैं शिया बंदा वेखना चाहना असगार दी माला को तू कितना रोने दुखा जावेने मैं कसम जा क्या दा पिया पीता नहीं ठंडा पड़े मातम गए जिंदगी जया पड़ी चा धुप तेरे भरे पीता नहीं ठंडा पड़े मातम गए जिंदगी जया पड़ी चा धुप तेरे भरे छाते आई जाए वेले मुग गल उजड़ी दसा छाते आई कदा मेरे गए हाजी साहब मैं जेरे मोमन आले पासे निगाह करे ना मोमन मेरे को रोंदा नजर आंदे बिस्मिल्लाह करा मैं लख दफा भाई जान ए मिंबर नहीं ए बतूल ने बचड़े दी मजार ए मैं हाथ रखे खड़ा ए मैं सारी जिंदगी तुम्हारी मिन्नत रख रहे सा न करे सा मिन्नत पर शबीर दा जाकर तेरा मेहमान ते मैं हाथ बदिखना आज मैं तेरी मिन्ना पिया करे ना रोवो ना वे तो हाय कर छोड़े औखा जमाने जन्म हो बने मैं मिन्नत ना तो कुआ के हाय कराए तुम्हारी हाय सुनना चाहना भाई जान मैं तो मोरा लबैल पर दपिया कसम जा क्या दपिया निदारी च सैन मेरे बचड़ा गोले दी है कबरा बना के वाले लोरिया सुने किसे मासूम दी आमद लगती है इन्हें दवाएं दसेन हौसले नाल सारे मेरी गल सुनो मजलिस हो गई है मैं तुम्हारे वास्ते आंसू बिनना चाहता सारे
मुजफ्फरगढ़ मुल्तान के करीब एक शहर है मुजफ्फरगढ़ उन एक बहुत बड़ा जलसा होया भाई इमरान झंडीर का जाकिर आले मुहम्मद इमरान झंडीर उसका जलसा होया ये वहन के बाद हर मुकानी रुना है जेरा मैं वहन पड़ गया इस वहन पर हर अजादार रुना है ये वहन के बाद मजलिस मुक गई है मेरे बाद सैयद नजमुल हसन शाह साहब नौतक वाले उन्हें मेरे बाद पढ़ाई मैं पढ़ के गड्डी बैठा उन्हें पढ़ लिया वही गड्डी बैठे और मेरे को फोन करके आदन जग साहब तुसा जरा धुप्पा तो बहन वाली दवैन किया है ना मैं सैयद हाँ हूँ तई मेरे आंसू नहीं रुके उन्हें फरमाया मैं असगर की माँ की गुरबत गड्डी के रोंदा वेंदा भी या अचानक असगर की माँ की तरफों दो सत्र मेरे उत्ते अता हुई उन्हें फरमाया तू पाकिस्तान का जाकिर है ए दो सत्रा मोमना कुछ मत कोई गरीब बन के हाय करे ना हो हाय करे सो जस हुए आ लियो मैं से बैल कह रहा है उन्हें फरमाए ए असगर दियो माए ईद भाई जेरी कफा नीच रुनी है मैं ते किबला कफा नीच रुनी है फरमाया हा हा कफा नीच रुनी है फरमाया कफा नीच रोया रो रो के आख्या मैं रुबाब अरमान कबर च लई वेनी आ रो रो के आ गए अरमान ताई ओए मां मां दे पुत्तर कुटा लिखे हिकवार मेरा सगी